ਤੇ ਜਿਸ ਤਰ੍ਹਾਂ ਮੈਂ ਆਈ ਹਾਂ, ਮੇਰੇ ਵਾਸਤੇ ਉਹ ਐਟਮੋਸਫੇਅਰ ਬੜਾ ਅਜੀਬ ਸੀ, ਮਤਲਬ ਮੈਨੂੰ ਲੱਗਦਾ ਸੀ ਸਫੋਕੇਸ਼ਨ, ਆਈ ਫੀਲ ਸਫੋਕੇਟਡ, ਕਿ ਖੁੱਲੇਆਮ ਸਿਗਰਟ ਸਮੋਕਿੰਗ ਹੋ ਰਿਹਾ ਹੈ, ਲੜਕੀਆਂ ਜਨਾਨੀਆਂ ਨੂੰ ਮਾਰਿਆ ਜਾ ਰਿਹਾ ਹੈ ਤੇ ਟੀਕੇ ਲਗਾਏ ਜਾ ਰਹੇ ਨੇ, ਛੋਟੇ ਛੋਟੇ ਬੱਚੇ ਟੀਕੇ ਲਗਾਏ ਜਾ ਰਹੇ ਨੇ, ਇਸੇ ਗਲੀਆਂ ਦੀ ਕਹਾਣੀ ਹੈ ਜਿੱਥੇ ਮੈਂ ਬੈਠੀ ਸੀ, ਬਿਲਕੁਲ ਐਗਜ਼ੈਕਟਲੀ ਮੇਰੇ ਸਾਹਮਣੇ, ਯਹਾਂ ਤੱਕ ਕਿ ਥੋੜਾ ਸਾ ਸੈਂਸਰ ਹੋ ਜਾਏਗਾ ਕਿ ਲੜਕੀਆਂ ਨੂੰ ਖੜਾ ਕਰਕੇ ਉਹਨਾਂ ਦੀ ਬੋਲੀ ਲਗਾਈ ਜਾਂਦੀ ਸੀ ਕਿ ਇਹ ਲੜਕੀ ਠੀਕ ਹੈ, ਉਹ ਲੜਕੀ ਠੀਕ ਹੈ, ਮਤਲਬ ਆਈ ਹੈਵ ਸੀਨ, ਕਿਉਂਕਿ ਜਿੱਥੇ ਜਦੋਂ ਇੱਥੇ ਪਾਣੀ ਆਉਂਦਾ ਨਾ, ਦੋ ਦਿਨ ਦੇ ਬਾਅਦ ਪਾਣੀ ਆਉਂਦਾ ਕਾਸਿਮ ਨਗਰ, ਤੇ ਉਹ ਸਾਰਾ ਮਜਮਾ ਪੂਰਾ ਧਾਰਾ ਵੀ ਇਸ ਤਰ੍ਹਾਂ ਕਰਕੇ ਮੂੰਹ ਚਬਾ ਕੇ ਜਾਂਦੇ ਸੀ, ਬਟ ਨੋਬਡੀ ਰੇਜ਼ਡ ਵਾਇਸ, ਇਟ ਵਾਸ ਓਨਲੀ ਮੀ। ਇੱਕ ਮੁਨਸ਼ੀ ਹੈ ਤੇ ਬਾਕੀ ਜਿਹੜੇ ਐਸ ਐਚ ਓ ਆਉਂਦੇ ਗਏ ਜਾਂਦੇ ਗਏ ਆਉਂਦੇ ਗਏ ਜਾਂਦੇ ਗਏ, ਲੜਾਈ ਲੜ ਰਹੇ ਹੋ, ਨਹੀਂ ਨਹੀਂ ਜਿਵੇਂ ਮੈਂ ਸੱਚ ਦੇ ਲੜ ਰਹੀ ਹਾਂ ਤੇ ਫਿਰ ਤਾਂ ਖੁੱਲ ਕੇ ਲੜੋ ਨਾ, ਫਿਰ ਪੂਰੀ ਤਾਕਤ ਨਾਲ ਲੜੋ ਤੇ ਰੱਬ ਦਾ ਨਾਂ ਲੈ ਕੇ ਲੜੋ, ਫਿਰ ਕਿ ਤੁਸੀਂ ਜੰਗ ਹਿਤਾਸੇ ਕੋਈ ਕੰਮ ਕਰ ਰਹੇ ਹੋ, ਨਸਲਾਂ ਤਬਾਹ ਕਰ ਰਹੇ ਨੇ ਲੋਕੀ, ਕੁਛ ਚੰਦ ਪੈਸੇ ਆਸੇ ਤੁਸੀਂ ਬੱਚੇ ਦਾ ਤੁਸੀਂ ਸੱਤਿਆ ਨਾਸ਼ ਕਰ ਦਿੱਤਾ, ਬੱਚੇ ਟੀਕਾ ਲਗਾਉਂਦੇ ਲਗਾਉਂਦੇ ਮਰ ਗਏ, ਤੇ ਇਹਨਾਂ ਲੋਕਾਂ ਨੂੰ ਡਰਨਾ, ਮਤਲਬ ਇਹ ਦਾਤ ਦੇਣੀ ਪਏਗੀ ਤੁਹਾਡੀ। ਥੈਂਕ ਯੂ ਵੈਰੀ ਮਚ। ਇਤਨਾ ਵੱਡਾ ਕੰਮ ਜਿਹੜਾ ਹੈ ਉਹ ਆਮ, ਬੜੀ ਅੱਛੀ ਕਹਾਵਤ ਹੈ, ਸਰ ਦੇਖ ਕੇ ਸਰਦਾਰੀਆਂ ਮਿਲਦੀਆਂ ਨੇ, ਫਿਰ ਮੇਰਾ ਸਾਰੀ ਸਲਾਈਡ ਸੀ ਕਿ ਰੱਬ ਨੇ ਉਹਨੂੰ ਇਹ ਸਰਦਾਰੀ ਦਿੱਤੀ, ਬਟ ਕੀ ਬਾਤ, ਇਹ ਚੀਜ਼ਾਂ ਜਿਹੜਾ ਮੈਂ ਦੇਖ ਰਹੀ ਹਾਂ ਸੀ, ਛੋਟੀ ਛੋਟੀ ਬੱਚੀਆਂ ਬੱਚੇ, ਕਈ ਵਾਰ ਇਸ ਤਰ੍ਹਾਂ ਇੰਸੀਡੈਂਟ ਹੋਏ ਕਿ ਟੀਕੇ ਲਾਉਂਦੇ ਲਾਉਂਦੇ ਮੌਤ ਹੋ ਗਈ, ਲੇਕਿਨ ਫਿਰ ਲੋਕ ਚੁੱਪੀ ਧਾਰ ਰਹੇ, ਮੈਨੂੰ ਸਮਝ ਨਹੀਂ ਆਉਂਦੀ ਸੀ ਹੋ ਕੀ ਰਿਹਾ ਸੀ। ਆਪਸੀ ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਤੁਹਾਡਾ ਤੇਜਿੰਦਰਪਾਲ ਸਿੰਘ। ਅੱਜ ਇੱਕ ਬਹੁਤ ਵੱਡੀ ਕਹਾਣੀ ਜਿਸਦੀ ਕਿ ਲਗਭਗ ਹਰ ਸਮਾਜ ਨੂੰ ਸੁਣਨਾ ਬਹੁਤ ਜ਼ਰੂਰੀ ਹੈ, ਉਹ ਕਹਾਣੀ ਵੀ ਹੈ ਔਰ ਸੱਚਾਈ ਵੀ ਹੈ। ਪਿਛਲੇ ਕੁਝ ਸਾਲਾਂ ਤੋਂ ਲੈ ਕਰਕੇ ਅੱਜ ਤੱਕ ਦੀ ਜਿਹੜੀ ਉਹ ਕਹਾਣੀ ਹੈ, ਇੱਕ ਡਾਕਟਰ ਹਨ, ਡਾਕਟਰ ਸ਼ਬਨਮ ਨਾਹੀਦ, ਜਿਨ੍ਹਾਂ ਦੇ ਕੋਲ ਅੱਜ ਅਸੀਂ ਪਹੁੰਚੇ ਹਾਂ, ਜਿਨ੍ਹਾਂ ਨੂੰ ਤੁਸੀਂ ਮੇਰੇ ਪਿੱਛੇ ਦੇਖ ਵੀ ਰਹੇ ਹੋ। ਇਹਨਾਂ ਦੀ ਇੱਕ ਬਹੁਤ ਵੱਡੀ ਜੋ ਜਿੱਤ ਜਿਹੜੀ ਹੈ ਉਹ ਹੋਈ ਹੈ ਪਿਛਲੇ ਕੁਝ ਦਿਨਾਂ ਦੇ ਅੰਦਰ ਅੰਦਰ। ਉਹ ਕੀ ਜਿੱਤ ਹੋਈ ਹੈ, ਉਸ ਜਿੱਤ ਦੇ ਹਿਸਾਬ ਦੇ ਨਾਲ ਤੁਹਾਨੂੰ ਇਹਨਾਂ ਦੇ ਨਾਲ ਗੱਲਬਾਤ ਕਰਕੇ ਉਸ ਜਿੱਤ ਦੇ ਬਾਰੇ 'ਚ ਵੀ ਦੱਸਾਂਗੇ, ਪਰ ਤੁਹਾਨੂੰ ਦੱਸ ਲਈਏ ਸਭ ਤੋਂ ਪਹਿਲਾਂ ਕਿ ਇਸ ਵੇਲੇ ਅਸੀਂ ਖੜੇ ਹਾਂ ਜੰਮੂ ਦੇ ਕਾਸਿਮ ਨਗਰ ਦੇ ਵਿੱਚ। ਇਹ ਉਹ ਮੁਹੱਲਾ ਹੈ ਜਿਹੜਾ ਕੁਝ ਸਮਾਂ ਪਹਿਲੇ ਬਹੁਤ ਹੀ ਕਹਿ ਸਕਦੇ ਹਾਂ ਕਿ ਬਦਨਾਮ ਗਿਣਿਆ ਜਾਂਦਾ ਸੀ, ਮਗਰ ਉਸਦੀ ਉਸ ਬਦਨਾਮੀ ਨੂੰ ਧੋਤਾ ਸਾਡੇ ਡਾਕਟਰ ਸਾਹਿਬ, ਡਾਕਟਰ ਸ਼ਬਨਮ ਨਾਹੀਦ ਜੀ ਨੇ। ਡਾਕਟਰ ਸ਼ਬਨਮ ਨਾਹੀਦ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਆਪਸੀ ਸਾਹਿਤ ਟੀਮ ਤੇ। ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਸਰ। ਬੜੇ ਦਿਨਾਂ ਤੋਂ ਸੋਚ ਰਹੇ ਸੀ ਕਿ ਤੁਹਾਡੇ ਨਾਲ ਮੁਲਾਕਾਤ ਕਰੀਏ, ਕਿਉਂਕਿ ਜਦੋਂ ਅਸੀਂ ਖਬਰ ਸੁਣੀ ਜਿਸ ਦੀ ਜਿੱਤ ਦੀ ਮੈਂ ਗੱਲ ਕੀਤੀ ਹੈ ਕਿ ਤੁਹਾਨੂੰ ਇੱਕ ਬਹੁਤ ਵੱਡੀ ਜਿੱਤ ਮਿਲੀ ਹੈ, ਉਸ ਜਿੱਤ ਦੇ ਬਾਰੇ ਦੇ ਵਿੱਚ ਵੀ ਅਸੀਂ ਗੱਲ ਕਰਾਂਗੇ, ਪਰ ਉਸ ਜਿੱਤ ਦੇ ਪਿੱਛੇ ਦੀ ਜਿਹੜੀ ਕਹਾਣੀ ਤੁਹਾਨੂੰ ਦੱਸ ਦਈਏ ਕਿ ਡਾਕਟਰ ਸਾਹਿਬ, ਉਸ ਦੀ ਜਿੱਤ ਦੇ ਪਿੱਛੇ ਦੀ ਕਹਾਣੀ, ਇਸ ਮੁਹੱਲੇ ਦੇ ਵਿੱਚ ਤੁਸੀਂ 2011 ਤੋਂ ਆਏ ਹੋਏ ਜੀ, ਬਿਲਕੁਲ। 2011 ਤੋਂ ਬਾਅਦ ਐਸਾ ਕੀ ਹੋਇਆ ਕਿ ਇਤਨੀ ਵੱਡੀ ਕਹਾਣੀ ਫੈਲ ਗਈ ਜੀ? ਐਕਚੁਅਲੀ ਜਿੱਥੇ ਚੀਜ਼ਾਂ ਹੋ ਰਹੀਆਂ ਸੀ, ਲੋਕ ਉਹਨਾਂ ਨੂੰ ਸਪੋਰਟ ਕਰ ਰਹੇ ਸੀ ਤੇ ਟਕਿਆ ਗੁਜਿਆ ਚੱਲਦਾ ਪਿਆ ਸੀ, ਤੇ ਜਿਸ ਤਰ੍ਹਾਂ ਮੈਂ ਆਈ ਹਾਂ, ਮੇਰੇ ਵਾਸਤੇ ਉਹ ਐਟਮੋਸਫੇਅਰ ਬੜਾ ਅਜੀਬ ਸੀ, ਮਤਲਬ ਮੈਨੂੰ ਲੱਗਦਾ ਸੀ ਸਫੋਕੇਸ਼ਨ, ਆਈ ਫੀਲ ਸਫੋਕੇਟਡ, ਕਿ ਖੁੱਲੇਆਮ ਸਿਗਰਟ ਸਮੋਕਿੰਗ ਹੋ ਰਿਹਾ ਹੈ, ਲੜਕੀਆਂ ਜਨਾਨੀਆਂ ਨੂੰ ਮਾਰਿਆ ਜਾ ਰਿਹਾ ਹੈ ਤੇ ਟੀਕੇ ਲਗਾਏ ਜਾ ਰਹੇ ਨੇ, ਛੋਟੇ ਛੋਟੇ ਬੱਚੇ ਟੀਕੇ ਲਗਾਏ ਜਾ ਰਹੇ ਨੇ, ਇਸੇ ਗਲੀਆਂ ਦੀ ਕਹਾਣੀ ਹੈ ਜਿੱਥੇ ਮੈਂ ਬੈਠੀ ਸੀ, ਬਿਲਕੁਲ ਐਗਜ਼ੈਕਟਲੀ ਮੇਰੇ ਸਾਹਮਣੇ, ਕਿਉਂਕਿ ਜਿਸ ਤਰ੍ਹਾਂ ਮੈਂ ਟੈਂਟ ਹਾਊਸ ਖੋਲਿਆ, ਕਿਉਂਕਿ ਮੈਂ ਇੱਥੇ ਬਹਿਣਾ ਪੈਂਦਾ ਸੀ ਤੇ ਕੰਮ ਵਾਸਤੇ ਬਹਿਣਾ ਪੈਂਦਾ ਸੀ, ਤੇ ਸੜਕ 'ਚ ਖੁੱਲੇਆਮ ਮਜਮਾ ਹੋ ਰਿਹਾ ਹੈ, ਲੋਕੀ ਅੱਜ ਨੱਠ ਰਹੇ ਨੇ, ਪਿੱਛੇ ਪੱਥਰ ਵੱਜ ਰਹੇ ਨੇ, ਲੋਕ
ਕਿ ਤਮਾਸ਼ਾ ਹੀ ਬਣ ਕੇ ਸਿਰਫ ਦੇਖ ਰਹੇ ਨੇ, ਕੋਈ ਕੁਛ ਨਹੀਂ ਕਰ ਰਿਹਾ। ਤੋ ਮੈਂ ਜੰਮੂ ਦੀ ਜੱਦੀ ਪੁਛਦੀ ਹਾਂ ਤੇ ਮੇਰੇ ਆਸੇ ਉਹ ਐਟਮੋਸਫੇਅਰ ਬੜਾ ਸਟ੍ਰੇਨ ਸੀ ਕਿ ਲੋਕੀ ਕਿਸ ਤਰ੍ਹਾਂ ਟੋਇਲਟ ਕਰ ਰਹੇ ਨੇ, ਇੰਨਾ ਕੁਛ ਹੋ ਰਹੀ ਨੇ, ਗਤੀਵਿਧੀਆਂ ਗੈਰ ਕਾਨੂੰਨੀ ਗਤੀਵਿਧੀਆਂ ਹੋ ਰਹੀਆਂ ਨੇ ਐਂਡ ਦੇ ਆਰ ਨਾਟ ਡੂਇੰਗ ਐਨੀਥਿੰਗ। ਸਿੱਧੇ ਤੌਰ ਤੇ ਕਹੀਏ, ਅਗਰ ਖੁੱਲੇ ਤੌਰ ਤੇ ਕਹੀਏ ਕਿ ਨਸ਼ੇ ਦੀ ਜਿਹੜੀ ਕਿ ਨਸ਼ਾ ਕਰੀ ਇੱਥੇ ਨਸ਼ਾ ਹੋ ਰਿਹਾ ਹੈ, ਪ੍ਰੋਸਟੀਟਿਊਸ਼ਨ ਹੋ ਰਹੀ ਹੈ, ਹਾਂਜੀ ਦੇਹ ਵਪਾਰ ਵੀ ਹੋ ਰਿਹਾ ਸੀ, ਜਿਹਦੀ ਕਰਕੇ ਤੁਹਾਨੂੰ ਇੰਨੀ ਵੱਡੀ ਲੜਾਈ ਲੜਨੀ ਪਈ। ਬਿਲਕੁਲ, ਬਹੁਤ ਲੰਬੀ ਲੜਾਈ ਲੜੀ। ਉਸ ਲੜਾਈ ਦੀ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ, ਕੀ ਐਸਾ ਕੀ ਹੋਇਆ ਕਿ ਤੁਹਾਨੂੰ ਲੱਗਿਆ ਕਿ ਨਹੀਂ ਮੈਨੂੰ ਇਹਦੇ ਵਾਸਤੇ ਕੁਝ ਕਰਨਾ? ਹਾਂ ਐਕਚੁਅਲੀ ਮੈਂ ਇੱਥੇ ਹੀ ਬੈਠੀ ਸੀ ਤੇ ਪਿੱਛੇ ਇੱਥੋਂ ਇੱਕ ਲੜਕੀ ਜਾ ਰਹੀ ਹੈ, ਫਿਰ ਇੱਕ ਜਨਾਨੀ ਵੀ ਜਾ ਰਹੀ ਹੈ, ਦੋ ਮਹਿਲਾਵਾਂ ਜਾ ਰਹੀਆਂ, ਪਿੱਛੋਂ ਇੱਕ ਬੰਦਾ ਇੱਟਾਂ ਮਾਰ ਰਿਹਾ ਹੈ। ਅੱਛਾ, ਤੇ ਉਹਨੇ ਉਹ ਪੁੱਛੂ ਕਹਿ ਰਿਹਾ ਚੱਲ ਪਿੱਛੇ, ਉਹ ਜਾ ਨਹੀਂ ਰਹੀ ਆਪਣਾ ਛੜਾ ਕੇ ਅੱਗੇ ਜਾ ਰਹੀ ਹੈ, ਦੈਨ ਸ਼ੀ ਸੈਡ ਕਿ ਮੇਰਾ ਟਾਈਮ ਹੋ ਗਿਆ। ਮੈਨੂੰ ਥੋੜ੍ਹੀ ਦੇਰ ਤੇ ਸਮਝ ਨਹੀਂ ਆਇਆ ਕਿ ਕੀ ਕਹਿ ਰਹੀ ਹੈ, ਕੁਝ ਕੀ ਚੱਲ ਰਿਹਾ ਇੱਥੇ, ਬਟ ਥੋੜ੍ਹੀ ਬਹੁਤ ਭਿਨਕ ਸੀ ਕਿ ਇਹੋ ਲਈ ਕੰਮ ਇੱਥੇ ਹੋ ਰਿਹਾ ਹੈ। ਤੇ ਉਹ ਜਿਹੜੀ ਲੇਡੀ ਸੀ ਸਵਰਨਾ, ਸਵਰਨਾ ਕਰਕੇ ਨਾਂ ਵੀ ਸੁਣਿਆ ਨਾ ਸੀ ਮੈਂ, ਤੇ ਲੇਕਿਨ ਇੰਨੀ ਦੇਰ ਤੱਕ ਇਸ ਚੀਜ਼ ਤੇ ਨਕੇਲ ਨਹੀਂ ਕਸੀ ਜਾ ਰਹੀ ਹੈ, ਤੇ ਹੋ ਕੀ ਰਿਹਾ ਫਿਰ? ਤੇ ਜਿਸ ਤਰ੍ਹਾਂ ਹੀ ਮੈਂ ਇਸ ਵਿੱਚ ਪਈ ਹਾਂ ਤੇ ਮੈਂ ਅਬ ਜ਼ਿਆਦਾ ਤੋਂ ਜ਼ਿਆਦਾ ਇੱਕ ਮੇਰੇ ਜਿਹੜੇ ਅਗਰ ਵਿਜੀਲੈਂਟ ਸਿਟੀਜ਼ਨ ਵੀ ਹੈ, ਉਹ ਜ਼ਿਆਦਾ ਕੀ ਕਰੇਗਾ, ਫੋਨ ਕਰੇਗਾ ਹਨਾ, ਜਾਂ ਤਾਂ ਥਾਣੇ ਫੋਨ ਕਰੇਗਾ ਜਾਂ 110 ਕਰੇਗਾ। ਮੈਡਮ ਤੁਹਾਨੂੰ ਰੋਕਾਂਗਾ ਮੈਂ, ਦਰਸ਼ਕ ਤੁਹਾਨੂੰ ਦੱਸ ਰਿਹਾ ਕਿ ਇਹ ਇੱਕ ਸਪੈਸ਼ਲ ਏਬਲਡ, ਹਾਂ ਮੈਂ ਅਸੀਂ ਵਿਕਲਾਂਗ ਨਹੀਂ ਕਹਿੰਦੇ, ਜਿਸ ਤਰੀਕੇ ਦਾ ਇਹਨਾਂ ਨੇ ਇੰਨਾ ਵੱਡਾ ਕਾਰਾ ਕੀਤਾ ਹੈ ਨਾ, ਜੋ ਕਾਰਾ ਇਹਨਾਂ ਨੇ ਕੀਤਾ ਹੈ ਸ਼ਾਇਦ ਹੀ ਟੰਗਾਂ ਵਾਲੇ ਮੇਰੇ ਵਰਗੇ ਵੀ ਨਹੀਂ ਕਰ ਸਕਦੇ। ਬਹੁਤ ਮਤਲਬ ਦਾਤ ਦੇਣੀ ਪਏਗੀ ਤੁਹਾਡੀ, ਥੈਂਕ ਯੂ ਵੈਰੀ ਮਚ। ਇਤਨਾ ਵੱਡਾ ਕੰਮ ਜਿਹੜਾ ਹੈ ਉਹ ਆਮ ਬੜੀ ਅੱਛੀ ਕਹਾਵਤ ਹੈ, ਸਰ ਦੇ ਕੇ ਸਰਦਾਰੀਆਂ ਮਿਲਦੀਆਂ ਨੇ, ਤੇ ਫਿਰ ਮੇਰਾ ਸਾਰੀ ਸਲਾਈਕ ਸੀ ਕਿ ਰੱਬ ਨੇ ਉਹਨੂੰ ਇਹ ਸਰਦਾਰੀ ਦਿੱਤੀ। ਬਟ ਕੀ ਬਾਤ, ਇਹ ਚੀਜ਼ਾਂ ਜਿਹੜਾ ਮੈਂ ਦੇਖ ਰਹੀ ਹਾਂ ਸੀ, ਛੋਟੀ ਛੋਟੀ ਬੱਚੀਆਂ, ਬੱਚੇ, ਕਈ ਵਾਰ ਇਸ ਤਰ੍ਹਾਂ ਇੰਸੀਡੈਂਟ ਹੋਇਆ ਕਿ ਟੀਕੇ ਲਾਉਂਦੇ ਲਾਉਂਦੇ ਮੌਤ ਹੋ ਗਈ, ਲੇਕਿਨ ਫਿਰ ਵੀ ਲੋਕ ਚੁੱਪੀ ਧਾ ਰਹੇ, ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਹੋ ਕੀ ਰਿਹਾ ਸੀ। ਹਾਂ, ਕੋਈ ਕੁਛ ਉਲਟਾ ਮੈਨੂੰ ਕਹਿੰਦੇ ਮੈਡਮ ਜੀ ਫੋਨ ਤੇ, ਮੈਂ ਕਿਹਾ ਤੁਹਾਡੇ ਕੋਲ ਫੋਨ ਹੈ, ਤੁਸੀਂ ਨਹੀਂ ਕਰ ਸਕਦੇ। ਖੈਰ ਫਿਰ ਮੈਂ ਫੋਨ ਕੀਤਾ ਤੇ ਪੁਲਿਸ ਵਾਲੇ ਨੂੰ ਵੀ ਦੇਖੋ, ਪੂਰਾ ਸਿਸਟਮ ਇੱਕ ਪੂਰਾ ਸਪੋਰਟਿਵ ਸਿਸਟਮ ਹੁੰਦਾ ਹੈ। ਪੁਲਿਸ ਵਾਲਾ ਮੈਨੂੰ ਕਹਿੰਦਾ ਕਿ ਮੈਡਮ ਜੀ ਤੁਹਾਨੂੰ ਹੀ ਸਾਰੀ ਚਿੰਤਾ ਪਈ ਹੈ, ਉਹ ਤਾਂ ਕੋਈ ਫੋਨ ਨਹੀਂ ਕਰਦਾ, ਕੋਈ ਫੋਨ ਨਹੀਂ ਕਰਦਾ। ਤੇ ਜਿਹੜੇ ਐਸ ਸੂਨ ਐਸ ਆਮ ਗੈਟਿੰਗ ਮੋਰ ਡੀਪਰ ਇਨ ਟੂ ਇਟ, ਪਤਾ ਚੱਲਿਆ ਕਿ ਸਿਸਟਮ ਕਿਸ ਤਰ੍ਹਾਂ ਬਣਿਆ, ਮੱਲੇਦਾਰੀ ਉਹ ਜਨਾਨੀ ਤੇ ਨਾਲ ਪੁਲਿਸ ਵਾਲੇ, ਪੂਰਾ ਇੱਕ ਨੈਟਵਰਕ ਸੀ, ਇੱਕ ਸਪੋਰਟਿਵ ਸਿਸਟਮ। ਹਾਂ, ਤੇ ਇਹ ਸਪੋਰਟ ਕਰਦੇ ਸੀ, ਪੁਲਿਸ ਵਾਲੇ ਵੀ ਕੁਛ ਨਹੀਂ ਕਰਦੇ ਸੀ, ਤੇ ਫਿਰ ਆਵਾਜ਼ ਕੌਣ ਚੁੱਕੇਗਾ? ਚਲੋ ਸਰ ਪਤਾ ਚੱਲਿਆ ਪੁਲਿਸ ਵਾਲਾ, ਪੁਲਿਸ ਹੁੰਦੀ ਨਹੀਂ ਹੈ ਤੇ ਆਵਾਜ਼ ਕੌਣ ਚੁੱਕੇਗਾ? ਤਾਂ ਇਹ ਜਿਹੜੇ ਮੈਂ ਪੁਲਿਸ ਵਾਲਾ ਕੰਮ ਸਟਾਰਟ ਕੀਤਾ, ਮੈਂ ਪੁਲਿਸ ਵਾਲੇ ਨੂੰ ਫੋਨ ਕੀਤਾ, ਐਸ ਐਚ ਓ ਨੂੰ ਫੋਨ ਕੀਤਾ, ਤੇ ਐਸ ਐਚ ਓ ਦਾ ਰਵੱਈਆ ਬੜਾ ਗੰਦਾ ਸੀ ਮੇਰੇ ਵਾਲੇ ਪਾਸਿਓਂ ਕਿ ਤੁਹਾਨੂੰ ਇਸ ਗੱਲ ਤਕਲੀਫ ਹੈ। ਤੇ ਫਿਰ ਲੋਕੀ ਮੈਨੂੰ ਕਹਿੰਦੇ ਨੇ ਦੇਖੋ ਮੈਡਮ ਜੀ ਹਮ ਕਹਿੰਦੇ ਸੀ ਨਾ, ਕਿਸ ਨਹੀਂ ਲੋਕੀ, ਦੇਖੋ ਲੋਕੀ ਮੈਨੂੰ ਕਹਿੰਦੇ ਮੈਡਮ ਜੀ ਤਭੀ ਹਮ ਪੁਲਿਸ ਵਾਲੋਂ ਕੋ ਫੋਨ ਨਹੀਂ ਕਰਦੇ ਕਿਉਂਕਿ ਹਮਾਰੀ ਕੋ ਸੁਣਦਾ, ਹਮਾਰੀ ਨਹੀਂ, ਆਪ ਕਿਹਨੇ ਸੁਣਦੀ ਤੋ ਹਮਾਰੇ ਕੋਲ ਸੁਣੇਗਾ। ਤਾਂ ਇਹ ਮੈਨੂੰ 2019 ਚ ਮੈਂ ਲੱਗੀ ਸੀ ਤੇ ਆ 2024 ਹੈ, ਤੇ ਹੁਣ ਜਾ ਕੇ 5 ਸਾਲ ਦੀ ਲੜਾਈ ਹੈ, ਤੇ ਫਿਰ ਜਾ ਕੇ ਅਸੀਂ ਪੁੱਛਾਂਗੇ, ਅਸੀਂ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਜਿਸ ਲੜਾਈ ਦੇ ਪਿੱਛੇ ਇਹ ਲੱਗੇ ਸਨ, ਜਿਸ ਨੈਕਸਸ ਨੂੰ ਇਹ ਤੋੜਨਾ ਚਾਹੁੰਦੇ ਸਨ, ਤੋੜ ਦਿੱਤਾ, ਲੇਕਿਨ ਉਸ ਤੋਂ ਬਾਅਦ ਵੀ ਕਾਫੀ ਦੇਰ ਤੱਕ ਇਹਨਾਂ ਨੂੰ ਜੱਦੋ ਜਹਿਦ ਜਿਹੜੀ ਆ ਉਹ ਕਰਨੀ ਪਈ, ਔਰ ਜੱਦੋ ਜਹਿਦ ਦੀ ਜਿੱਤ ਜਿਹੜੀ ਆ ਅੱਜ, ਉਹਨੂੰ ਦੱਸੋ ਤੁਸੀਂ ਉਹ ਜਿੱਤ ਕੀ ਸੀ? ਜਿੱਤ ਇਹ ਸੀ ਕਿ ਪਹਿਲੇ ਉਹਨੂੰ ਪੀਟਾ, ਪੋਕਸੋ ਵੀ ਲਗਾ, ਪ੍ਰੀਵੈਂਟਿੰਗ ਆਫ ਸੈਕਸੁਅਲ ਐਕਟੀਵਿਟੀਜ਼ ਅਗੇਂਸਟ ਚਿਲਡਰਨ, ਉਹ ਸਾਰੀ ਧਾਰਾਵਾਂ ਲੱਗੀਆਂ। ਹਾਂ, ਜਿਹੜੀ ਮੇਨ ਸਵਰਨਾ ਸੀ ਉਹਦੇ ਕੋਲ ਲੱਗੇ, ਮੈਂ ਇਹ ਵਿੱਚ ਦੋ ਲੋਕਾਂ ਦੇ ਨਾਲ ਏ ਸੀ, ਇੱਕ ਸਵਰਨਾ ਸੀ ਤੇ ਕਿਉਂਕਿ ਪੱਲਵੀ ਰਹਿੰਦੀ ਹੈ, ਉਹ ਕਹਿੰਦੀ ਹੈ ਮੈਂ ਰੋਡੀ ਆ, ਮੈਂ ਪਤਾ ਨਹੀਂ ਕਿਸੇ ਐਮਡੀ ਵਿੱਚ ਵੀ ਗਈ ਸੀ, ਇਹ ਦੋ ਚੰਦ ਜਨਾਨੀਆਂ ਸੀ, ਇਹ ਹੀ ਕੰਮ ਕਰਦੀਆਂ ਸੀ। ਔਰ ਮੈਂ ਸੋਚ ਰਹੀ ਹਾਂ ਅਗਰ
ਮੇਰੀ ਜਗ੍ਹਾ ਕੋਈ ਪੁਰਸ਼ ਹੁੰਦਾ ਤੇ ਸ਼ਾਇਦ ਉਹ ਨਹੀਂ ਜਿੱਤ ਸਕਦਾ, ਕਿਉਂਕਿ ਉਹਨਾਂ ਨੇ ਇਹਨਾਂ ਨੇ ਕੀ ਕਰਨਾ ਸੀ, ਉਹਨੂੰ ਬਲੈਕਮੇਲ ਕਰਨਾ ਸਟਾਰਟ ਕਰ ਦੇਣਾ ਸੀ। ਇੱਥੇ ਬੜੇ ਲੋਕਾਂ ਨੇ ਉਹਨੂੰ ਕਿਹਾ, ਜਿਹੜਾ ਪੁਰਸ਼ ਹੁੰਦਾ ਉਹਨਾਂ ਨੇ ਫਸਾ ਦਿੰਦੀਆਂ ਨੇ, ਸਾਹਮਣੇ ਜਾ ਕੇ ਕੁਛ ਐਸੀ ਗਤੀਵਿਧੀਆਂ ਕਰਦੀਆਂ ਨੇ, ਉਹ ਵਿਚਾਰਾ ਫਸ ਜਾਂਦਾ ਹੈ। ਇਹ ਜਨਾਨੀ ਤੋਂ ਜਨਾਨੀ ਦੀ ਫਾਈਟ ਸੀ, ਤਾਂ ਹੀ ਮੈਂ ਜਿੱਤੀ, ਮੈਨੂੰ ਲੱਗਦਾ ਅਦਰਵਾਈਜ਼ ਮੈਂ ਨਹੀਂ ਜਿੱਤ ਸਕਦੀ ਸੀ। ਤੇ ਮੈਂ ਦੋ ਲੋਕਾਂ ਦਾ ਨਾਂ ਲਿਆ ਸੀ, ਫਾਈਨਲ ਪੀਟਾ ਵੀ ਲੱਗਾ, ਪੋਕਸੋ ਵੀ ਲੱਗਾ, ਪੀਐਸਏ ਵੀ ਲੱਗਿਆ, ਤੇ ਫਾਈਨਲੀ ਜਿਸ ਤਰ੍ਹਾਂ ਪੀਟਾ ਲੱਗ ਰਿਹਾ ਹੈ ਉਸੇ ਟਾਈਮ ਉਹਨੂੰ ਬੇਲ ਮਿਲ ਜਾਂਦੀ ਹੈ। ਸੋਚੋ ਤੁਸੀਂ ਉਹਦੇ ਕਨੈਕਸ਼ਨ ਕਿੰਨੇ ਤੱਕ ਗਿਰੇ ਸੀ, ਤੇ ਲੋਕਾਂ ਨੇ ਮੇਰੇ ਨਾਲ ਹਾਂ ਬੜੇ ਹਾਈ ਲੈਵਲ ਕਨੈਕਸ਼ਨ ਸੀ। ਫਿਲਮਾਂ 'ਚ ਦੇਖਦੇ ਹੋ ਨਾ, ਸਾਰਾ ਉਹੀ ਸੀ, ਪੋਲੀਟੀਸ਼ੀਅਨ ਵੀ ਸੀ, ਖੁੱਲ੍ਹੇਆਮ ਸਾਰਾ ਕੁਛ, ਖੁੱਲ੍ਹੇਆਮ ਹਾਂ ਜੁੜੇ ਹਾਂ। ਯਹਾਂ ਤੱਕ ਕਿ ਥੋੜਾ ਸਾ ਸੈਂਸਰ ਹੋ ਜਾਏਗਾ ਕਿ ਲੜਕੀਆਂ ਨੂੰ ਖੜਾ ਕਰਕੇ ਉਹਨਾਂ ਦੀ ਬੋਲੀ ਲਗਾਈ ਜਾਂਦੀ ਸੀ ਕਿ ਇਹ ਲੜਕੀ ਠੀਕ ਹੈ, ਉਹ ਲੜਕੀ ਠੀਕ ਹੈ। ਮਤਲਬ ਆਈ ਹੈਵ ਸੀਨ, ਕਿਉਂਕਿ ਜਿੱਥੇ ਇੱਥੇ ਪਾਣੀ ਆਉਂਦਾ ਨਾ, ਦੋ ਦਿਨ ਦੇ ਬਾਅਦ ਪਾਣੀ ਆਉਂਦਾ ਕਾਸਿਮ ਨਗਰ, ਤੇ ਉਹ ਸਾਰਾ ਮਜ਼ਮ ਨਾ ਪੂਰਾ ਧਾਰਾ ਵੀ ਬਣ ਜਾਂਦਾ ਇੱਥੇ। ਤੇ ਉਦੋਂ ਸੜਕਾਂ 'ਚ ਦੇਖਦੇ ਹੋ ਕੀ ਹੋਇਆ, ਸੜਕਾਂ 'ਚ ਹੀ ਕੰਮ ਹੋ ਰਿਹਾ ਸੀ, ਤੇ ਲੋਕੀ ਬਸ ਇਸ ਤਰ੍ਹਾਂ ਕਰਕੇ ਮੂੰਹ ਛੁਪਾ ਕੇ ਜਾਂਦੇ ਸੀ। ਬਟ ਨੋਬਡੀ ਰੇਜ਼ਡ ਵਾਇਸ, ਇਟ ਵਾਸ ਓਨਲੀ ਮੀ। ਤੇ ਅਸੀਂ ਸੁਣਦੇ ਸੀ ਕਿ ਕੁਝ ਰੈੱਡ ਲਾਈਟ ਏਰੀਆਜ਼ ਜਾਂ ਇਸ ਤਰ੍ਹਾਂ ਦੀਆਂ ਜਗ੍ਹਾ ਹੁੰਦੀਆਂ ਨੇ, ਜਿਸ ਤਰੀਕੇ ਦਾ ਦ੍ਰਿਸ਼ਟਾਂਤ ਜਿਹੜਾ ਤੁਸੀਂ ਸਾਨੂੰ ਦਿਖਾ ਰਹੇ ਹੋ, ਇਟ ਵਾਸ ਰੈੱਡ ਲਾਈਟ, ਇਟ ਵਾਸ ਐਂਡ ਇਟ ਵਾਸ ਵੈਰੀ ਡਿਸਗਸਟਿੰਗ। ਇੱਕ ਫੈਮਿਲੀ ਦੇ ਵਾਲੇ ਬੰਦੇ ਆ ਸੀ, ਬੜਾ ਮੁਸ਼ਕਿਲ ਸੀ ਇੱਥੇ ਰਹਿਣਾ, ਕਿਉਂਕਿ ਮੈਂ ਦੇਖਿਆ, ਹੁਣ ਮੈਂ ਗਲੀ 'ਚ ਆਇਆ, ਮੈਨੂੰ ਕੁਝ ਉਸ ਤਰ੍ਹਾਂ ਦਾ ਦਿਖਿਆ ਨਹੀਂ ਲੱਗਿਆ। ਉਹ ਤੁਹਾਨੂੰ ਨਹੀਂ ਨਾ ਲੱਗਿਆ, ਥੋੜੇ ਦਿਨ ਤੁਸੀਂ ਪਹਿਲੇ ਆਉਂਦੇ ਤੇ ਇੱਥੇ ਲੋਕੀ ਜੰਗਲ ਬੱਚੇ ਨੇ ਸੂਈਆਂ ਲਾਉਂਦੇ ਪਏ ਨੇ, ਹੋਈ ਜੀ ਪਏ ਹੋਈ। ਹਾਂਜੀ, ਕੀ ਬਾਤ ਹੈ। ਮੈਂ ਲੜਾਈ ਲੜੇ, ਤੁਸੀਂ ਦੇਖ ਲਓ ਕਿ ਮੈਂ ਵੀਲ ਚੇਅਰ ਤੇ ਹਾਂ, ਮੈਂ ਡਿਫਰੈਂਟਲੀ ਏਬਲਡ ਹਾਂ, ਮੈਂ ਬੇਸਿਕਲੀ ਡਾਕਟਰ ਹਾਂ, ਹੁਣ ਮੈਂ ਟੈਂਟ ਦਾ ਕੰਮ ਕਰ ਰਹੀ ਹਾਂ। ਤੇ ਮੈਂ ਬਾਕੀ ਜਨ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਵੀਲ ਚੇਅਰ ਤੇ ਰਹਿ ਕੇ ਲੜਾਈ ਲੜੀ ਤੇ ਮੈਂ ਜਿੱਤੀ ਵੀ ਹਾਂ। ਜਿੱਤੀ ਮੈਂ ਪਤਾ ਰੱਬ ਦੇ ਮਤਲਬ ਨਾਲ ਜਿੱਤੀ ਹਾਂ, ਕਿਉਂਕਿ ਉਹਨੇ ਮੈਨੂੰ ਇਹ ਕੰਮ ਕਰਾਉਣਾ ਸੀ, ਇੱਕ ਚੰਗੀ ਨੀਅਤ ਸੀ ਕਿ ਮੈਂ ਲੋਕਾਂ ਵਾਸਤੇ ਇਹ ਕੰਮ ਕਰਨਾ ਹੈ। ਲੋਕਾਂ ਨੇ ਮੈਨੂੰ, ਮੇਰੀ ਆਪਣੀ ਫੈਮਿਲੀ ਨੇ ਵੀ ਕਿਹਾ, ਤੈਨੂੰ ਕੀ ਭੇਜੀ ਹੈ, ਸਾਨੂੰ ਕੀ ਲੈਣਾ ਦੇਣਾ, ਐਵੇਂ ਖਾਮ ਤੂੰ ਡਰਦੇ ਨੇ, ਪੈਸੇ ਦੇ ਖਤਰਨਾਕ ਲੋਕ ਹੁੰਦੇ ਨੇ, ਤੂੰ ਕਿੱਥੇ ਪੰਗਾ ਲੈ ਲਿਆ। ਲਿਟਰਲੀ ਖਤਰਨਾਕ ਲੋਕ ਹੁੰਦੇ ਨੇ, ਲੇਕਿਨ ਮੈਨੂੰ ਸਰਦਾਰ ਜੀ ਮੈਨੂੰ ਨਾ ਬਿਲਕੁਲ ਡਰ ਨਹੀਂ ਲੱਗਿਆ, ਸਿੱਧਾ ਮੈਂ ਕਹਿ ਰਹੀ ਹਾਂ, ਮੈਨੂੰ ਇਹ ਲੋਕ ਗਿਨੋਨੇ ਕੰਧੇ ਤੇ ਮੁਜਰਿਮ ਲੱਗਦੇ ਸੀ ਕਿ ਇਹ ਦੇ ਸ਼ੁੱਡ ਬੀ ਬਿਹਾਈਂਡ ਬਾਰਸ, ਔਰ ਉਹ ਸ਼ਾਇਦ ਉੱਪਰ ਵਾਲੇ ਨੇ ਮੈਨੂੰ ਹਿੰਮਤ ਦਿੱਤੀ ਕਿ ਅੱਜ ਇਹ ਲੋਕ ਸਹੀ ਆਪਣੀ ਜਗ੍ਹਾ ਤੇ ਗਿਰੇ ਨੇ ਅੱਜ। ਲੇਕਿਨ ਜਿਹੜੀ ਹੁਣ ਤੁਸੀਂ ਕਿਹਾ ਕਿ ਪਿਛਲੇ ਮਹੀਨੇ ਦੇ ਐਂਡਿੰਗ ਦੇ ਵਿੱਚ ਸ਼ਾਇਦ 30 ਜਾਂ 31 ਮਈ ਨੂੰ ਕੋਈ ਇੱਕ ਹਾਂ ਜੱਜ ਉਹਨਾਂ ਇਹਨੇ ਪੀਐਸਏ ਦਾ ਖਤਮ ਹੋਇਆ ਤੇ ਇਹਨੇ ਜੱਜ ਦੇ ਸਾਹਮਣੇ ਜਾ ਕੇ ਕਿਹਾ ਜੀ ਸਵਰਨਾ ਦੇਵੀ ਨੂੰ ਪਹਿਲਾਂ ਦੇਵੀ ਸਵਰਨਾ ਦੇਵੀ ਨੂੰ ਜਾਂ ਸਵਰਨਾ ਸਵਰਨਾ ਹੀ ਹੋਰ ਦੇਵੀ ਕਿਤੋਂ ਹੋਗੀ। ਹਾਂਜੀ ਬਿਲਕੁਲ, ਉਹ ਤਾਂ ਹੁਣ ਤੋਂ ਐਕਚੁਅਲੀ ਪਹਿਲੇ ਜਿਲ੍ਹੇ ਤੁਸੀਂ ਕਹਿ ਮੈਂ ਕਿਹਾ ਨਾ ਪੀਟਾ ਲੱਗਿਆ ਤੇ ਉਹਨੂੰ ਫਿਰ ਬੇਲ ਮਿਲ ਗਈ। ਐਕਚੁਅਲੀ ਕੁਝ ਪੁਲਿਸ ਵਾਲੇ ਵਿੱਚ ਮਿਲੇ ਹੁੰਦੇ ਨੇ ਕਿ ਸੀਡੀਆਰ ਗਲਤ ਬਣਾਉਂਦੇ ਨੇ, ਕੇਸ ਦੀ ਰਿਪੋਰਟ ਗਲਤ ਦਿੰਦੇ, ਜੱਜ ਵਿਚਾਰਾ ਕੀ ਕਰੇਗਾ, ਉਹਨੇ ਦੇਖ ਲਿਆ ਜੱਜ ਸਾਹਿਬ ਦੇ ਸਾਹਮਣੇ। ਹਾਂ ਤੁਸੀਂ ਰੱਖੋਗੇ, ਉਹ ਤੇ ਮਕੈਨੀਕਲ ਜੱਜ ਆ ਨਾ, ਉਹਨੇ ਕਾਗਜ਼ ਦੇਖਣੇ ਨੇ ਤੇ ਆਪਣਾ ਫੈਸਲਾ ਦੇਣਾ ਹੈ। ਲੇਕਿਨ ਇਹ ਸਾਰੀ ਕਰਤਾਗਿਰੀ ਜੋ ਚਈ ਸੀ ਉਹ ਪੁਲਿਸ ਵਾਲਿਆਂ ਨੇ ਸੀ, ਕੁਝ ਪੁਲਿਸ ਵਾਲੇ ਜਿਹਦੇ ਚ ਇੱਕ ਤਾਜਦੀਨ ਵੀ ਹੈ ਤੇ ਉਹ ਵੀ ਬੜੇ ਪੁਲਿਸ ਵਾਲੇ ਨੇ। ਹਾਂ ਉਹ ਅੱਲੇ ਪੋਸਟ ਦੇ ਇੱਕ ਮੁੰਸ਼ੀ ਹੈ ਤੇ ਬਾਕੀ ਜਿਹਨੇ ਜਿਹੜੇ ਐਸ ਐਚ ਓ ਆਉਂਦੇ ਗਏ ਖੁੱਲ ਕੇ ਲੜਾਈ ਲੜ ਰਹੇ ਹੋ। ਹਾਂ ਕਿਸੇ ਦਾ ਕੋਈ ਨਹੀਂ ਨਹੀਂ, ਜਿਲੇ ਮੈਂ ਸੱਚ ਤੇ ਲੜ ਰਹੀ ਹਾਂ ਤੇ ਫਿਰ ਤਾਂ ਖੁੱਲ ਕੇ ਲੜੋ ਨਾ, ਫਿਰ ਪੂਰੀ ਤਾਕਤ ਨਾਲ ਲੜੋ ਤੇ ਰੱਬ ਦਾ ਨਾਂ ਲੈ ਕੇ ਲੜੋ ਫਿਰ ਕਿ ਤੁਸੀਂ ਜੰਗ ਹਿਤਾਸੇ ਕੋਈ ਕੰਮ ਕਰ ਰਹੇ ਹੋ, ਨਸਲਾਂ ਤਬਾਹ ਕਰ ਰਹੇ ਨੇ ਲੋਕੀ। ਕੁਝ ਚੰਦ ਪੈਸੇ ਆਸੇ ਤੁਸੀਂ ਬੱਚੇ ਦਾ ਤੁਸੀਂ ਸੱਤਿਆ ਨਾਸ਼ ਕਰ ਦਿੱਤਾ, ਬੱਚੇ ਟੀਕਾ ਲਗਾਉਂਦੇ ਲਗਾਉਂਦੇ ਮਰ ਗਏ, ਤੇ ਇਹਨਾਂ ਲੋਕਾਂ ਨੂੰ ਡਰਨਾ, ਇਹਨਾਂ ਤੋਂ ਰੱਬ ਦਾ ਡਰ ਲੱਗਦਾ। ਕਹਿੰਦੇ ਨਾ ਉੱਪਰ ਵਾਲੀ ਲਾਠੀ ਪੈਂਦੀ ਹੈ ਫਿਰ ਠੀਕ ਠਾਕ ਪੈਂਦੀ ਹੈ, ਤੇ ਉਹਨਾਂ ਨੂੰ ਪੈ ਗਈ ਹੁਣ ਠੀਕ ਠਾਕ। ਇਹ ਹੈ ਕਿ ਇਹ ਮਹੱਲੇ ਵਾਲੇ ਇਹ ਲੋਕੈਲਿਟੀ ਦੇ ਲੋਕੀ ਤੇ ਪੁਲਿਸ ਤੇ ਪੂਰਾ ਨੈਕਸਸ ਸੀ, ਇਹ ਤੋੜਨਾ ਬੜਾ ਮੁਸ਼ਕਿਲ ਸੀ, ਬਹੁਤ ਮੁਸ਼ਕਿਲ ਸੀ। ਬਾਅਦ ਚ ਲੋਕਾਂ ਨੇ ਮੁਸ਼ਕਿਲਾਂ ਆ ਰਹੀਆਂ ਹੋਣਗੀਆਂ, ਨਹੀਂ ਕਿਸੇ ਹੱਦ ਤੱਕ ਸ਼ਾਂਤ ਹੋ ਗਿਆ, ਸਬਸਿਡਾਈਜ਼ ਹੋ ਗਿਆ, ਬੈਲੈਂਸ ਹੋ ਗਿਆ ਕਿ ਚਲੋ ਲੋਕਾਂ ਨੂੰ ਵੀ ਪਤਾ ਚੱਲ ਗਿਆ। ਲੇਕਿਨ ਅੱਲੇ ਵੀ ਲੋਕੀ ਨਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਸਿਕਿਉਰਿਟੀ ਵਗੈਰਾ ਵੀ ਦਿੱਤੀ? ਨਹੀਂ, ਮੈਨੂੰ ਕੋਈ ਸਿਕਿਉਰਿਟੀ ਨਹੀਂ ਮਿਲੀ, ਕੋਈ ਸਿਕਿਉਰਿਟੀ ਨਹੀਂ ਮਿਲੀ ਮੈਨੂੰ। ਇਨਫੈਕਟ ਮੈਨੂੰ ਇਹ ਕਿਹਾ ਜਾਂਦਾ ਸੀ ਕਿ ਸਾਰੀ ਪ੍ਰੋਬਲਮ ਤੁਹਾਨੂੰ ਹੀ ਨੇ, ਤੁਸੀਂ ਹੀ ਫੋਨ ਕਰਦੇ। ਬੜੇ ਇੱਥੇ ਕੋਈ ਡੀਐਸਪੀ ਬੜੇ ਸਾਰੇ ਰਹਿ ਕੇ ਗਏ ਨੇ, ਪਠਾਨੀਆਂ ਛਠਾਨੀਆਂ ਪਤਾ ਨਹੀਂ ਕਿਹੜੇ ਕਿਹੜੇ ਡੀਐਸਪੀ। ਕੀਰਤੀ ਸ਼ਰਮਾ ਦੇ ਟਾਈਮ ਦਾ ਚੱਲਦਾ ਪਿਆ ਜੋ ਕੀਰਤੀ ਸ਼ਰਮਾ ਸੀ, ਉਸਦੇ ਉਹਦੇ ਪਹਿਲੇ ਕੋਈ ਹੋਰ ਵੀ ਸੀ, ਕੋਈ ਵਿਜੇ ਚੌਧਰੀ
ਹੁੰਦੀ ਸੀ, ਮਤਲਬ ਤੁਸੀਂ ਫੋਨ ਕਰੋ ਤੁਹਾਡਾ ਫੋਨ ਚੁੱਕੇ ਕਿ ਹਾਂ ਤੁਹਾਨੂੰ ਸਾਰੇ ਪਰ ਟੱਕ ਫੋਨ, ਉਹਦੇ ਬਾਅਦ ਕਹਿੰਦਾ ਮੇਰਾ ਨੰਬਰ ਬਲੌਕ ਹੋ ਜਾਏਗਾ, ਮੇਰਾ ਨੰਬਰ ਵੱਜਦਾ ਰਹੇਗਾ, ਕੋਈ ਸੁਣੇਗਾ ਨਹੀਂ, ਸੁਣੇਗੇ ਨਹੀਂ। ਫਿਰ ਅਲਟੀਮੇਟ ਤੁਸੀਂ ਦੇਖ ਰਹੇ ਮੈਂ ਵੀਲ ਚੇਅਰ ਤੇ ਆ, ਮੈਂ ਫਿਰ ਆਟੋ ਕਰਕੇ ਮੈਂ ਗਈ ਆ ਜਿੱਥੇ ਆਪਣੇ ਪਰੇਡ ਪੱਕਾ ਡਾਂਗਾ, ਜਿੱਥੇ ਪਰੇਡ ਮਿਲ ਗਿਆ ਮੈਂ SSP ਆਫਿਸ, ਤੇ ਮੈਂ ਜਾ ਕੇ ਸਾਰਾ ਸਮਝਾਇਆ ਉਹਨਾਂ ਨੂੰ, ਤੇ ਫਿਰ ਉਹਦੇ ਬਾਅਦ ਚੀਜ਼ਾਂ ਕੁਝ ਆਸਤਾ ਆਸਤਾ ਬਦਲਣਾ ਸ਼ੁਰੂ ਹੋਈਆਂ ਨੇ। ਨਹੀਂ ਤੇ ਇਹ ਨੈਕਸਸ ਤੋੜਨਾ ਬੜਾ ਮੁਸ਼ਕਿਲ ਸੀ, ਕਿਉਂਕਿ ਇੱਥੇ ਪੋਲੀਟੀਸ਼ੀਅਨ ਸੀ, ਪੁਲਿਸ ਸੀ, ਤੇ ਮਹੱਲੇ ਦੇ ਲੋਕੀ ਵੀ ਸੀ, ਇਹ ਇਨਵੋਲਵ ਸੀ। ਇਹ ਬਹੁਤ ਵੱਡਾ ਇੱਕ ਤੁਸੀਂ ਦੇਖਿਆ ਕਿ ਜੰਗ ਜਿਹਨੂੰ ਕਹਿੰਦੇ ਨੇ, ਉਹ ਜੰਗ ਜਿਹੜੀ ਹੈ ਨਾ ਇਕੱਲਿਆਂ ਨੇ ਲੜੀ, ਔਰ ਇਕੱਲਿਆਂ ਨੇ ਹੀ ਇੰਨੇ ਵੱਡੇ ਗਰੁੱਪ ਦੇ ਨਾਲ, ਸਿਰਫ ਇੱਕ ਗਰੁੱਪ ਹੀ ਨਹੀਂ, ਮੈਂ ਉਹ ਪੂਰਾ ਗਰੁੱਪ ਸੀ। ਦੇਖੋ ਸਰ ਮੈਂ ਡਿਫਰੈਂਟਲੀ ਬੋਲਾਂ, ਮੈਂ ਕੜੀ ਕੜੀ ਇਹ ਚੀਜ਼ ਕਿਉਂ ਲਿਆ, ਮੈਨੂੰ ਇਸ ਚੀਜ਼ ਤਾਂ ਕੋਈ ਸ਼ਰਮ ਨਹੀਂ ਆਉਂਦੀ, ਮੈਂ ਤੁਹਾਨੂੰ ਪਹਿਲੇ ਕਿਹਾ ਸਰ ਦੇ ਕੇ ਸਰਦਾਰੀਆਂ ਮਿਲਦੀਆਂ ਨੇ, ਇਹ ਮੇਰਾ ਕੁਝ ਨਹੀਂ ਵਿਗਾੜ ਸਕੇ, ਠੀਕ ਹੈ। ਇਹ ਆਏ ਇਹਨਾਂ ਨੇ ਲੜਾਈਆਂ ਵੀ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਉਹ ਕੰਜਰਾਂ ਦੀ ਲੜਾਈ ਨਹੀਂ ਲੜੀ, ਮੈਂ ਇੱਕ ਪੜ੍ਹੇ ਲਿਖੇ ਇਨਸਾਨ ਦੀ ਸਿਟੀਜ਼ ਨਾਲ ਲੜਾਈ ਲੜੀ, ਬਟ ਇਹ ਲੋਕਾਂ ਨੇ ਕੀ ਕਿਹਾ, ਲੰਗੜੀ 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 ਗੋੜੀ ਲੰਗੜੀ ਗੋੜੀ ਕਰਕੇ ਰੀਲਾਂ ਬਣਾਈਆਂ ਤੇ ਆਪਣੇ ਫੇਸਬੁੱਕ ਤੇ ਚਲਾਈਆਂ। ਇਹ ਪੱਲਵੀ ਰੋਡੀ ਹੈ ਜਿਹੜੀ, ਉਹ ਕਹਿੰਦੀ ਹੈ ਮੈਂ ਰੋਡੀ ਹਾਂ, ਤਾਰਾ ਡੁੱਬੇ ਦਾ ਟੈਂਟ ਵਾਲੇ ਸਾਰੇ ਬੈਠੇ ਦੀਆਂ, ਪਤਾ ਨਹੀਂ ਵਿਆਹ ਕਰਕੇ ਚੂੜਾ ਪਾ ਕੇ ਫਿਰਦੀ, ਹੁਣ ਕੀ ਨੈਕਸਸ ਸਟਾਰਟ ਹੋਇਆ ਸਾਨੂੰ ਨਹੀਂ ਪਤਾ, ਬਟ ਇਹ ਚੀਜ਼ਾਂ ਹੁੰਦੀਆਂ ਪਈਆਂ ਨੇ। ਮੇਰਾ ਕੁਛ ਨਹੀਂ ਵਿਗਾੜ ਪਾਏ, ਲੰਗੜੀ ਕੋੜੀ ਕਰਕੇ ਗਾਣੇ ਗਵਾਏ, ਰੀਲਾਂ ਬਣਾਈਆਂ, ਤੇ ਫਿਰ ਮੈਂ ਜੱਜ ਨੂੰ ਕਿਹਾ ਮੈਡਮ ਜੀ ਇਹ ਕੀ ਚੱਲ ਰਿਹਾ ਇੱਥੇ, ਤੁਹਾਡੇ ਭਰਾ ਪ੍ਰਧਾਨ ਮੰਤਰੀ ਨੇ ਕਿਹਾ ਤੁਸੀਂ ਦਿਵਿਆਂਗ ਹੋ, ਹੈਨਾ, ਇਹ ਦਿਵਿਆਂਗ ਲੋਕ ਹੋ ਤੇ ਤੁਸੀਂ ਲੰਗੜੀ ਕੋੜੀ, ਮਤਲਬ ਮੈਨੂੰ ਸਨਮਾਨਿਤ ਕਰਨਾ ਚਾਹੀਦਾ ਸੀ, ਨਹੀਂ ਕਰਨਾ ਚਾਹੀਦਾ, ਤੁਸੀਂ ਚਾਹ ਦੱਸੋ ਮੈਨੂੰ, ਇੰਨਾ ਵੱਡਾ ਮੈਂ ਲੜਾਈ ਲੜੀ ਹੈ, ਤੁਸੀਂ ਮੈਨੂੰ ਸਨਮਾਨਿਤ ਨਹੀਂ ਕਰ ਸਕੇ, ਤੁਸੀਂ ਲੰਗੜੀ ਕੋੜੀ ਦੇ ਗਾਣੇ ਗਾਏ। ਤੇ ਦੇਖੋ ਸਾਡਾ ਵਿਕ੍ਰਿਤ ਸਮਾਜ ਹੈ, ਅਗਰ ਸਮਾਜ 'ਚ ਤਰੁੱਟੀਆਂ ਹੋ ਰਹੀਆਂ ਨਾ, ਇਹ ਸਮਾਜ ਵੀ ਰਿਸਪੋਂਸੀਬਲ ਹੈ। ਅੱਜ ਜਿਹੜੇ ਸਮਾਜ ਕਹਿੰਦਾ ਸਾਨੂੰ ਕੀ ਲੈਣਾ ਪਿਆ, ਤੁਹਾਨੂੰ ਕੀ ਪਿਆ, ਤੇ ਬਸ ਫਿਰ ਸਹੀ ਕੰਧ ਤੇ ਉੱਥੇ ਹੀ ਹੋ ਗਿਆ ਨਾ, ਸਹੀ ਬੇੜਾ ਗਰਕ ਉਸੇ ਵੇਲੇ ਹੋ ਗਿਆ। ਤਾਂ ਦਰਸ਼ਕੋ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਕਿ ਭੈਣ ਜੀ ਨੇ ਕਿਹਾ ਕਿ ਸਮਾਜ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਤਰੁੱਟੀਆਂ ਨੇ ਜਿਨ੍ਹਾਂ ਦੇ ਕਰਕੇ ਇਹੋ ਜਿਹੇ ਕਾਰਨਾਮੇ, ਇਹੋ ਜਿਹੇ ਧੰਦੇ, ਇਹੋ ਜਿਹੇ ਡਰੱਗਸ ਪੈਡਲਿੰਗ ਦੇ ਕੰਮ ਜਾਂ ਡਰੱਗ ਮਾਫੀਆ ਜਿਹੜਾ ਹੈ, ਇਸੇ ਤਰੀਕੇ ਦੇ ਨਾਲ ਹੁਣ ਜੰਮੂ ਕਸ਼ਮੀਰ ਦੇ ਵਿੱਚ ਭੂ ਮਾਫੀਆ ਵੀ ਬੜਾ ਜਿਹੜਾ ਚੱਲ ਰਿਹਾ ਹੈ। ਹੁਣ ਤਾਂ ਤੁਹਾਨੂੰ ਦੱਸ ਦਈਏ ਕਿ ਸਾਡੇ ਰਿਪੋਰਟਰ ਵੀ ਜਿਹੜੇ ਸੇਫ ਨਹੀਂ ਹੈ। ਨਹੀਂ ਹੈ, ਨਹੀਂ ਤੋਈ ਤਾਂ ਮੈਂ ਕਹਿ ਰਹੀ ਹਾਂ, ਅਗਰ ਮੇਰੀ ਜਗ੍ਹਾ ਕੋਈ ਬੰਦਾ ਹੁੰਦਾ ਨਾ, ਹਮਲਾ ਕੀਤਾ ਕੋਈ ਬੰਦਾ ਹੁੰਦਾ ਨਾ ਮੇਰੀ ਜਗ੍ਹਾ, ਉਹਨਾਂ ਨੇ ਕੋਈ ਐਲੀਗੇਸ਼ਨ ਲਾ ਦੇਣਾ, ਸਾਨੂੰ ਛੇੜਖਾਨੀ ਕੀਤੀ ਹੈ, ਏਓਟੀ ਸਿੰਘ ਦਾ ਕੋਈ ਕੇਸ ਲੱਗ ਜਾਂਦਾ ਤੇ ਉਹ ਬਸ ਕਰੋ ਫਤਾ ਫੋਨ ਆਉਂਦਾ ਸੀ, ਇਹ ਲੜਾਈ ਮਿਲ ਰਹੀ ਸੀ। ਹੁਣ ਜਿਹੜੇ ਤੁਸੀਂ ਦੱਸਿਆ ਕਿ ਜੱਜ ਸਾਹਿਬ ਨੇ ਕੀ ਫੈਸਲਾ ਦਿੱਤਾ ਹੈ, ਜੱਜ ਸਾਹਿਬ ਨੇ ਕਿਹਾ ਕਿ ਇਹ ਜਿਹੜੇ ਉਹਨਾਂ ਨੇ ਅਪੀਲ ਲਗਾਈ ਤੇ ਉਹ ਲਗਾਈ ਸੀ ਕਿ ਪੀਐਸ ਤੋੜਿਆ ਜਾ, ਉਹਨਾਂ ਨੇ ਕਿਹਾ ਕਿ ਇਹੋ ਲਈ ਜਿਹੜੇ ਅਨਾਸਰ ਨੇ ਉਹ ਬੱਚਿਆਂ ਸੇ ਸੁਸਾਇਟੀ ਸੇ ਖਤਰਨਾਕ ਨੇ, ਦੇ ਸ਼ੁੱਡ ਬੀ ਰਿਮੇਨ ਬਿਹਾਈਂਡ ਦ ਬਾਰਸ। ਓਕੇ, ਤੇ ਜੱਜ ਦਾ ਬਹੁਤ ਅੱਛਾ ਵਰਡਿਕਟ ਆਇਆ, ਮੈਨੂੰ ਬੜਾ ਪਸੰਦ ਆ, ਕੋਈ ਸਮਝਦਾਰ ਜੱਜ ਸੀ, ਮੈਂ ਰੀਲੀ ਐਪਰੀਸ਼ੀਏਟ ਕਰਨੀ ਉਹ ਜੱਜ ਸਾਹਿਬ ਨੂੰ ਕਿ ਉਹਨਾਂ ਨੇ ਸੁਣਿਆ ਸੋਚਿਆ ਸਮਾਜ 'ਚ, ਕਿਉਂਕਿ ਜੱਜ ਪੁਲਿਸ ਸਾਰੇ ਸਮਾਜ 'ਚ ਹੋ ਜਾਂਦੀ ਹੈ, ਤੇ ਸਾਡੀ ਰਿਸਪੋਂਸਿਬਿਲਟੀ ਹੈ ਕਿ ਅਸੀਂ ਅੱਗੇ ਵੱਧ ਚੜ੍ਹ ਕੇ ਇਹ ਨਨਾਸਰਾਂ ਨੂੰ ਆਪਣੀ ਸਹੀ ਜਗ੍ਹਾ ਪਹੁੰਚਾਈਏ ਤਾਂ ਕਿ ਆਪਣੀ ਨਸਾਂ ਨੂੰ ਬਚਾ ਸਕੀਏ ਅਸੀਂ। ਤੋ ਦਰਸ਼ਕੋ, ਇਹ ਸਨ ਡਾਕਟਰ ਸ਼ਬਨਮ ਨਾਹਿਦ, ਇੱਕ ਬਹੁਤ ਵੱਡੀ ਜੰਗ ਜਿਨ੍ਹਾਂ ਨੇ ਸਮਾਜ ਦੇ ਭਲੇ ਦੇ ਲਈ, ਸਮਾਜ ਦੀਆਂ ਕੁਰੀਤੀਆਂ ਦੇ ਨਾਲ, ਇਹੋ ਜਿਹੇ ਲੋਕ ਜਿਨ੍ਹਾਂ ਦੀਆਂ ਪਹੁੰਚਾਂ ਬਹੁਤ ਉੱਪਰ ਤੱਕ ਸਨ, ਜਿਸ ਤਰ੍ਹਾਂ ਕਿ ਇਹਨਾਂ ਨੇ ਸਾਰਾ ਵਰਤਾਂਤ ਜਿਹੜਾ ਤੁਹਾਨੂੰ ਸੁਣਾਇਆ ਕਿ ਕਿਸ ਤਰੀਕੇ ਦੇ ਨਾਲ ਇਸੇ ਮੁਹੱਲੇ ਦੇ ਵਿੱਚ ਜਿੱਥੇ ਇਹ ਰਹਿ ਰਹੇ ਨੇ, 2011 ਦੇ ਵਿੱਚ ਇੱਥੇ ਆਏ ਸੀ, ਇਸੇ ਮੁਹੱਲੇ ਦੇ ਵਿੱਚ ਲੋਕ ਸੂਈਆਂ ਤੱਕ ਲਗਾਉਂਦੇ ਸੀ, ਡਰੱਗਸ ਦਾ ਸਾਰਾ ਧੰਦਾ ਚੱਲਦਾ ਸੀ, ਦੇਹ ਵਪਾਰ ਚੱਲਦਾ ਸੀ, ਔਰ ਪਤਾ ਨਹੀਂ ਕਿਹੜੇ ਕਿਹੜੇ ਕੰਮ ਚੱਲਦੇ ਸੀ, ਔਰ ਖੁੱਲ੍ਹੇਆਮ ਚੱਲਦੇ ਸੀ। ਇੱਕ ਸਪੈਸ਼ਲ ਏਬਲਡ ਇਨਸਾਨ, ਅਸੀਂ ਤੇ ਧੰਨਵਾਦੀ ਹੋਵਾਂਗੇ ਇਹੋ ਜਿਹੀਆਂ ਰੂਹਾਂ ਦੇ, ਜਿਨ੍ਹਾਂ ਨੇ ਕਿ ਇਹ ਸੋਚਿਆ ਕਿ ਨਹੀਂ, ਸਮਾਜ ਦੇ ਵਿੱਚੋਂ ਇਹ ਕੁਰੀਤੀਆਂ ਕੱਢਣੀਆਂ ਚਾਹੀਦੀਆਂ ਨੇ, ਔਰ ਅੱਜ ਇਹਨਾਂ ਨੇ ਇੱਕ ਬਹੁਤ ਵੱਡੀ ਜਿਹੜੀ ਹੈ ਜਿੱਤ ਪ੍ਰਾਪਤ ਕੀਤੀ ਹੈ। ਇਸ ਜਿੱਤ ਦਾ ਵੀ ਅਸੀਂ ਇਹਨਾਂ ਦਾ ਜਿਹੜਾ ਸਿਹਰਾ ਜਿਹੜਾ ਇਹਨਾਂ ਦੇ ਸਿਰ ਤੇ ਜਾਂਦਾ ਹੈ, ਔਰ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਤਰ੍ਹਾਂ ਹੀ, ਇਹਨਾਂ ਨੇ ਤਾਂ ਕਰਨਾ ਹੀ ਕਰਨਾ ਹੈ ਔਰ ਕੀਤਾ ਵੀ ਹੈ, ਇਹਨਾਂ ਦੀ ਤਰ੍ਹਾਂ ਹੀ ਅਸੀਂ ਲੋਕ ਵੀ, ਜਾਂ ਸਾਡਾ ਜਿਹੜਾ ਹੋਰ ਸਮਾਜ ਦੇ ਵਿੱਚ ਹੋਰ ਵੀ ਲੋਕ ਨੇ ਜਿਹੜੇ ਆਪਣੇ ਆਪ ਨੂੰ ਬੜੇ ਸੋਸ਼ਲ ਐਕਟੀਵਿਸਟ ਜਾਂ ਕੁਛ ਹੋਰ ਕਹਿੰਦੇ ਨੇ, ਅਸਲ ਦੇ ਵਿੱਚ ਪ੍ਰੈਕਟੀਕਲ ਲਾਈਫ ਦੇ ਵਿੱਚ
ਇਸ ਤਰ੍ਹਾਂ ਦੀਆਂ ਜੰਗਾਂ ਨੂੰ। ਹਾਂ ਸਰ, ਮੈਂ ਇੱਕ ਵਾਰੀ ਹੋਰ ਕਹਿਣਾ ਚਾਹੁੰਦੀ ਹਾਂ, ਇੰਨੀ ਪੂਰੀ 4-5 ਸਾਲ ਹੋ ਗਏ ਮੈਨੂੰ ਲੜਦੇ, ਤੁਸੀਂ ਐਸਟੋਨਿਸ਼ ਹੋਵੋਗੇ ਕਿ ਮੈਨੂੰ ਕਿਸੇ ਐਨਜੀਓ ਦਾ, ਐਕਟਿਵਿਸਟ ਦਾ ਕਿਸੇ ਦਾ ਫੋਨ ਨਹੀਂ ਆਇਆ, ਕੋਈ ਇੱਕ ਫੋਨ ਤੱਕ ਨਹੀਂ ਆਇਆ ਕਿ ਮੈਡਮ ਜੀ ਤੁਸੀਂ ਇੰਨੀ ਵੱਡੀ ਲੜਾਈ ਲੜ ਰਹੇ ਹੋ ਕਿ ਤੁਹਾਨੂੰ ਕੋਈ ਹੈਲਪ ਤਾਂ ਨਹੀਂ ਚਾਹੀਦੀ ਜਾਂ ਕੁਛ, ਸਾਡੇ ਤੋਂ ਅਸੀਂ ਵੀ ਤੁਹਾਡੇ ਨਾਲ ਹੋ ਜਾਈਏ। ਨਹੀਂ, ਕੁਛ ਨਹੀਂ ਹੋਇਆ। ਮੈਨੂੰ ਲੱਗਦਾ ਗੌਰਮੈਂਟ ਏਜੰਸੀ ਇੱਕ ਦੂਸਰੇ ਦੀ ਪਿੱਠ ਸਕਰੈਚ ਕਰਨੀਆਂ ਨੇ, ਸਟੈਂਡ ਲਾਣੇ ਨੇ, ਟੇਬਲ ਲਾਣੇ ਨੇ, ਮਾਈਕ ਲਾਣਾ, ਗੱਲਾਂ ਕਰਨੀਆਂ ਤੇ ਬਸ ਆਪਣੇ ਘਰ ਵੜ ਜਾਣਾ। ਬਾਕੀ ਸਮਾਜ ਸਾਡਾ ਉਸ ਨਾ ਉਸ, ਕਿਉਂਕਿ ਜੰਮੂ ਚ ਦੇਖੋ ਨਸ਼ਾ ਨਸ਼ਾ ਜ਼ਰ ਉੱਪਰ ਤਰਦਾ ਪਿਆ, ਲੋਕੀ ਬਰਬਾਦ ਹੋ ਗਏ, ਯੂਥ ਬਰਬਾਦ ਹੋ ਗਈ, ਅੱਧਾ ਤੇ ਫੋਨ ਖਰਾਬ ਕਰ ਗਿਆ, ਅੱਧਾ ਸ਼ਰਾਬ ਤੇ ਨਸ਼ਾ। ਤੁਸੀਂ ਦੇਖੋ ਕਿ ਨਸਲਾਂ ਕਿੱਥੇ ਚਲੀ ਗਈਆਂ ਨੇ। ਤੇ ਅਗਰ ਹੁਣ ਵੀ ਤੁਸੀਂ ਅਗਰ ਚੁੱਪ ਹੋ ਤੇ ਇਹ ਬਾਹਰ ਅੱਗ ਲੱਗੀ ਦੀ ਨਾ, ਬੜੀ ਜਲਦੀ ਤੁਹਾਡੇ ਘਰਾਂ ਚ ਵੜ ਜਾਣੀ। ਬਿਲਕੁਲ, ਕਿਉਂਕਿ ਇਹ ਨਸ਼ਾ ਔਰ ਇਹ ਦੇਹ ਵਪਾਰ ਵਰਗੀਆਂ ਜਿਹੜੀਆਂ ਚੀਜ਼ਾਂ ਨੇ, ਇਹੋ ਜਿਹੀਆਂ ਕੁਰੀਤੀਆਂ ਨੇ, ਇਹ ਕਦੇ ਵੀ ਕੋਈ ਧਰਮ ਜਾਂ ਜਾਤ ਦੇਖ ਕੇ ਨਹੀਂ ਆਉਂਦੀਆਂ। ਇਹ ਕਿਸੇ ਵੀ ਘਰ ਦੇ ਵਿੱਚ ਕਹਿੰਦੇ ਨੇ ਕਿ ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ, ਜੇ ਕਿਸੇ ਪੜੋਸੀ ਦੇ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਉਹਨੂੰ ਦੇਖ ਕੇ ਹੱਸਣਾ ਨਹੀਂ, ਉਹਨੂੰ ਬੁਝਾਉਣ ਦੀ ਕੋਸ਼ਿਸ਼ ਕਰ, ਨਹੀਂ ਤਾਂ ਕੱਲ ਨੂੰ ਤੇਰਾ ਵੀ ਘਰ ਸੜ ਕੇ ਸੁਆਹ ਹੋ ਜਾਵੇਗਾ। ਤੋ ਇਹ ਸਨ ਡਾਕਟਰ ਸ਼ਬਨਮ ਨਾਹਿਦ, ਜਿਹਨਾਂ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਾਇਆ ਹੈ, ਔਰ ਇਹਨਾਂ ਦੀ ਜਿਹੜੀ ਜਿੱਤ ਹੈ ਉਹ ਇਹਨਾਂ ਨੇ ਤੁਹਾਡੇ ਸਾਹਮਣੇ ਰੱਖੀ ਹੈ। ਦੇਖਦੇ ਰਹੋ ਆਪਸੀ ਸਾਇੰਸ ਟੀਵੀ, ਇਸ ਤਰ੍ਹਾਂ ਦੀਆਂ ਹੋਰ ਵੀ ਸ਼ਖਸੀਅਤਾਂ ਤੁਹਾਡੇ ਨਾਲ ਲੈ ਕੇ ਰੂਬਰੂ ਹੋਵਾਂਗੇ। ਤਦ ਤੱਕ ਦੇ ਦਿਓ ਜੀ ਇਜਾਜ਼ਤ। ਧੰਨਵਾਦ ਜੀ।